ओ जी अज रणजीत कौर भाभी ने बनाए ने परौंठे, आजो जी ने खाने हैं जल्दी। हाँ लस्सी नाल छोटे परौंठे मेरे जेडे जेडे चाहिए परौंठे बना के देवा। ना ना ऐसे खादे भी नहीं जाने। मेरी गल सुन, तू परौंठे पकाए जाने परौंठे खाई जाने ताई तो तू गोल गोपी बनी पई आ कद्दू। इवें ही अगर तू भी बन जा परौंठे खा खा के। खाए नहीं गोल गप्पा दिख लड़ी एक दे खाए नहीं परौंठा। ओ बस कर क्यों। हां जिंदे आसने भी खानी है चल यार मैं देख रहा भाभी थोड़ी ने की बनाया वा। ठीक है ना, मेनू बहुत सारी भूख लगी आ। ठीक है, ओनू कह के सब्जी सुब्जी बनाओ। भुखड़ा चल थोन लैके चलना, चल चलिए खाने आप जाके। यार मैं बाकी पर लैके आया वा। चौड़े ना तू मेरे बच्चे नु खवाउनी है ना तू मेनू खवाउनी है, कल्ली लगी हुई है खाना है। मेरा ढिड दा भर जावे फिर तुहानू वी पुछ लांगे। ओ भरावा तू दा खानदान ही भुखड़ा। ठीक है ना, यही काम तेरे प्यो दा, यही तेरे भाइयां दा, यही काम तेरी मां दा सी। हां ओ तुहानू खा लिया हुण। क्यों असीं खाणे नहीं हैगे, असीं काम नहीं करदे हैगे, तू कदी पता। आ रब्बा चल भाई मेरी दे परोठा, दे परोठा, कल्ली कल्ली खानी आ। आ की करदी आ, ओ तुसीं समझा दो यार कल्ली खाई जांदी आ ए। अच्छा हम अस बनावा, मैं सिर्फ संगती हंस अस खावा। कोई कोई नहीं, अंडिया के परौंठे बनावा। अंडिया जीत कोरे तू ता मेनू परौंठा देना नहीं, आपां दा आप ही चक के खान लगे। आ देखो भरा ओ किन्ना बड़ा परौंठा नहीं मिल रहा। आ ले नहीं मेरी ओ भुख वाली, भुख वाली मैं भी खाने आ यार, मैं भी खाने आ यार, खाने आ मैं भी खाने आ, सारे भुखे हो। मम खत्म हो गए, गुस्सा चढ़ी जांदा हुण भुखड़ो। सारी पूरी खांदा नहीं इहदा, इदा दा मम्मी दा मेरी दा। रणजीत कौर ने प्याज पा के बनाए हुए परौंठे। ठीक है।
ਅੱਜ ਕਿੰਨਾ ਪਿਆਰ ਹੈ ਦੋਨੇ ਰਲ ਕੇ ਪਰੌਂਠੇ ਖਾਂਦੀਆਂ ਪਈਆਂ ਨੇ। ਜਿਹੜਾ ਡੈਡੀ ਆ ਵਿਚਾਰਾ ਪਤਾ ਨਹੀਂ ਕਿੱਥੇ ਗਿਆ ਵਾ ਕਿੱਥੇ ਨਹੀਂ ਗਿਆ ਵਾ। ਝੂਠੀ ਆ। ਹਾਂ ਵਿਚਾਰੇ ਡੈਡੀ ਨੂੰ ਮੈਨੂੰ ਖਾਣ ਵੀ ਨਹੀਂ ਦਿੱਤਾ ਨੇ, ਅੱਧਾ ਪਰੌਂਠਾ ਸਾਡੇ ਤੇ ਗਿਆ। ਨਾਲੇ ਖਾ ਤਾਂ ਗਿਆ ਤੇਰਾ ਡੈਡੀ। ਅੱਧੀ ਖਾਦਾ, ਖਾਣ ਨਹੀਂ ਦਿੱਤਾ ਨੇ ਭੁੱਖੜ ਨੇ। ਅੱਛਾ। ਨਹੀਂ ਨਹੀਂ ਖਾਣ ਦਿੱਤਾ ਗਾ, ਮੇਰਾ ਢੱਡ ਤਾਂ ਭੁੱਖਾ ਪਿਆ ਹਲੇ। ਤੂੰ ਵੀ ਰੱਖ ਦੇ ਇੱਥੇ। ਕਿਉਂ ਰੱਖਾਂ? ਹਾਂ ਚੱਲ ਭੁੱਖੜੇ, ਚੱਲ ਭੁੱਖੜਾ ਜਾ। ਮੰਮੀ ਆ ਤੂੰ ਗਈ ਆ? ਆਟੇ ਦੇ ਡਰਾਮੀ ਆ। ਆਟੇ ਦੀ ਡਰਾਮੀ ਹੋਈ ਆ ਮੈਂ। ਹਾਂ ਮੰਮੀ ਵੀ ਖਵਾ ਦੇ। ਕਿਆ ਤੂੰ ਮੈਨੂੰ ਖਵਾਇਆ? ਅਰੇ ਇੰਨਾ ਲਓ, ਇਹ ਵੀ ਵੱਡਾ ਦੇ। ਇੰਨਾ ਨਾ ਮੇਰਾ ਢੱਡ ਭਰਦਾ ਮੈਂ। ਕਿਉਂ? ਚਲੋ 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 ਆ ਜਾਓ, ਜਲਦੀ ਜਲਦੀ ਆ ਜਾਓ। ਬਹੁਤ ਵਧੀਆ ਯਾਰ ਪਰੌਂਠੇ, ਬਹੁਤ ਟੇਸਟੀ ਆ। ਭਾਵੇਂ ਨਾ ਵੀ ਕੁਛ ਖਾਓ, ਇਕੱਲੇ ਪਰੌਂਠੇ ਹੀ ਖਾਓ, ਬੜੇ ਟੇਸਟੀ ਆ। ਖਾਓ ਜਲਦੀ ਜਲਦੀ। ਆਈਆ ਵਿਚਾਰੀ ਨੇ ਸਵੇਰੇ ਉੱਠ ਕੇ, ਠੀਕ ਆ ਨਾ, ਤੇ ਪਰੌਂਠੇ ਪਕਾਏ ਨੇ ਤੇ ਦਹੀਂ ਹੋਟਲ ਤੋਂ ਲਿਆਂਦੀ ਆ ਅਤੇ ਆਪਣੇ ਪੁਦੀਨੇ ਦੀ ਚਟਨੀ ਨਾਲ ਅਚਾਰ ਤੇ ਆਹ ਰੋਟੀਆਂ ਨਾਲੇ ਪਰੌਂਠੇ। ਵਧੀਆ। ਪਰ ਰਣਜੀਤ ਕੌਰ ਬਹੁਤ ਵੱਡੀ ਭੁੱਖ ਆ, ਉਹ ਤਾਂ ਅਸੀਂ ਭਜਾਤੀ, ਠੀਕ ਆ ਨਾ, ਖਾ ਖੂ ਕੇ ਭੱਜ ਗਈ। ਹੁਣ ਰਹਿ ਗਏ ਅਸੀਂ ਦੋਨੇ ਪਿਓ ਪੁੱਤ। ਇਹ ਮੇਰਾ ਪੁੱਤਰ ਆ, ਮੈਂ ਇਹਦਾ ਡੈਡੀ ਆ। ਕਿਆ ਬਾਤ ਆ! ਇਹਨੂੰ ਮੈਂ ਕਹਿੰਦੇ ਮੈਂ ਕੁੜੀਆਂ ਤੌਰ ਨਹੀਂ ਸਮਝਦਾ, ਮੈਂ ਆਪਣੇ ਪੁੱਤਰਾਂ ਤੌਰ ਸਮਝਦਾ ਵਾਂ। ਇਹ ਮੇਰਾ ਮੁੰਡਾ ਵਾ, ਠੀਕ ਹੈ ਨਾ, ਮੈਂ ਇਹਨੂੰ ਕੁੜੀ ਨਹੀਂ ਸਮਝਿਆ ਹੈਗਾ। ਜਿਹੜੇ ਹੁਣ ਸਾਨੂੰ ਕਹਿੰਦੇ ਨੇ ਕਮੈਂਟਾਂ ਦੇ ਵਿੱਚ, ਹਾਂ ਕਹੀਆਂ ਵੀਡੀਓ ਬਣਾਉਂਦੇ ਹੋ, ਕਿੱਦਾਂ ਕਰਦੇ ਹੋ ਯਾਰ, ਜਿਹੜੀਆਂ ਤੁਹਾਡੀਆਂ ਵੀਡੀਓ ਬਣਾਈਆਂ ਹੋਈਆਂ, ਤੁਸੀਂ ਆਪਣੇ ਲਾਇਕ ਦੇਖੋ ਕਿੰਨੇ ਕੁ ਨੇ, ਠੀਕ ਆ ਨਾ, ਲਾਇਕ ਸਮਝੋ ਤੁਹਾਡਾ ਨਾਮ ਕਿੰਨਾ ਹੈਗਾ, ਕਿੰਨਾ ਕੁ ਨਹੀਂ ਹੈਗਾ, ਉਸ ਤੋਂ ਬਾਅਦ ਸਾਨੂੰ ਕਮੈਂਟ ਕਰਿਆ ਕਰੋ, ਠੀਕ ਆ ਨਾ। ਤੁਸੀਂ ਆਪ ਤਾਂ ਕੁਛ ਕਰ ਨਹੀਂ ਸਕਦੇ ਔਰ ਦੂਜੇ ਨੂੰ ਕੁਛ ਕਰ ਨਹੀਂ ਦਿੰਦੇ ਹੈਗੇ, ਇਸ ਕਰਕੇ ਯਾਰ ਆਪਣੇ ਆਪ 'ਚ। ਭਾਬੀ ਰਣਜੀਤ ਕੌਰ ਦਾ ਗਾਣਾ ਪੂਰੇ ਜ਼ੋਰਾਂ ਦੇ ਨਾਲ ਯੂਟਿਊਬ 'ਤੇ ਧੂਮਾਂ ਪਾ ਰਿਹਾ ਵਾ ਅਤੇ ਅੱਜ ਭਾਬੀ ਮੈਨੂੰ ਆਖਦੀ ਆ ਵੀ ਮਠਿਆਈ ਲੈ ਕੇ ਆ, ਨਾਲੇ ਮਠਿਆਈ ਵੰਡ, ਠੀਕ ਆ ਨਾ। ਹੁਣ ਮੈਂ ਹਲਵਾਈ ਦੀ ਦੁਕਾਨ 'ਤੇ ਚੱਲਿਆ ਵਾਂ ਅਤੇ ਭਾਬੀ ਦਾ ਗਾਣਾ ਚੰਡੀਗੜ੍ਹ ਸੈਕਟਰ 17 ਬਹੁਤ ਵਧੀਆ ਚੱਲ ਰਿਹਾ ਵਾ ਅਤੇ ਭਾਬੀ ਨੂੰ ਬਹੁਤ ਸਾਰੀਆਂ ਵਧਾਈਆਂ ਬਾਹਰਲੇ ਦੇਸ਼ਾਂ ਤੋਂ ਮਿਲਦੀਆਂ ਨੇ ਅਤੇ ਆਪਣੇ ਇੰਡੀਆ ਤੋਂ ਮਿਲਦੀਆਂ ਨੇ। ਇਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਗਾਣਾ ਪਸੰਦ ਕੀਤਾ ਵਾ, ਠੀਕ ਆ ਨਾ। ਅਤੇ ਵੀਰਾ ਤੁਹਾਡਾ ਫਿਰ ਇਹੋ ਜਿਹੇ ਸੌਂਗ ਲੈ ਕੇ ਆਊਗਾ ਔਰ ਅਗਲਾ ਸੌਂਗ ਸਾਡਾ ਇਸ ਤੋਂ ਵੀ ਵੱਧ ਪਿਆਰਾ ਸੌਂਗ ਆ ਅਤੇ ਬਹੁਤ ਜਲਦੀ ਆ ਰਹੇ ਹਾਂ ਅਸੀਂ ਨਵਾਂ ਸੌਂਗ ਲੈ ਕੇ, ਠੀਕ ਆ ਨਾ ਜੀ। ਭਾਬੀ ਰਣਜੀਤ ਕੌਰ ਤੁਹਾਡੀ ਆਪਣੀ ਆ ਅਤੇ ਆਪਣੀ ਹੀ ਰਹੂਗੀ, ਠੀਕ ਆ ਨਾ। ਇਸ ਕਰਕੇ ਬੱਲੇ ਬੱਲੇ ਕਰਾਤੀ ਭਾਬੀ ਨੇ, ਚਲੋ ਭਾਬੀ ਨੂੰ ਪਤਾ ਨਹੀਂ ਸੀ ਕਿਵੇਂ ਗਾਉਣਾ ਕਿਵੇਂ ਨਹੀਂ, ਪਰ ਅੱਜ ਭਾਬੀ ਗਾ ਰਹੀ ਆ ਅਤੇ ਸਾਰਿਆਂ ਦਾ ਦਿਲ